दुख लग्या इस गल दा तां सांझी करन लगे आ। दुख ये लग्या कि अज मेरी पहला जिहड़ी हैगी आ रोहनी क्राइम ब्रांच उहदे विच पुछगिछ सी, ते दूजे पासे दरियागंज वाले पासे जगराज मेरे नाल बैठा है। जगराज की भी अज दोनों पासे जिहड़ी जांच पड़ताल सीगी उह चलनी होणी सी। तां जदों असीं किहड़े वजे गए ना दरियागंज वाले पासे, ते मैनूं सानूं उत्थे पता लग्गिया जा के वी यार ऐ करके जगराज भी अजे इत्थे आया वा, जगराज की भी जांच पड़ताल चल रही। तां असीं पता कीता वी बंदे आए होणे आ नाल जगराज दे, क्योंकि असीं जदों जिन्ने वारी भी इत्थे आए हां छेवीं सत्तवीं वारी आ गए, अपने नाल जिन्ने अपने भरा सारे इत्थे बैठे ने, कुछ चले गए कुछ अहीं आउंदे ने, है ना, वकील भी हुंदे ने नाल, पंजाब तों भी आउंदे ने, दिल्ली दे विचों भी नाल आउंदे ने। सानूं भी ऐं सीगा वी यार उत्थे जगराज दे नाल भी पंजाह बंदे होणगे, नाल वकील भी आए होणगे, पर उत्थे दुख इह लग्गिया बई वी जगराज नूं असीं जदों जा के पता कीता, उत्थे नंबर लिया जगराज दी भूआ दा पुत्त आ इह बई नाल सीगा, इहनूं पुछिआ मैं बई होर बंदे कौण आए, कहिंदे बई कोई नहीं आया। मैं कहिमी वारी कै वारी हो गए, किन्ने वारी सद लिया, कहिंदे बई छेवीं वारी आ गए। मैं बंदे कदे आए, कहिंदे इक वारी आए, उस तों बाद नहीं बई आए। ਤਾਂ ਦੁੱਖ ਮੈਨੂੰ ਇਹ ਆ, ਮੈਂ ਅਸੀਂ ਤੁਹਾਡੇ ਕੋਈ ਵਿਰੋਧੀ ਨਹੀਂ ਆ, ਅਸੀਂ ਜਿੰਨੇ ਸਾਡੇ ਪੰਥਕ ਚਿਹਰੇ ਨੇ ਜਾਂ ਪੰਥ ਦੇ ਕੀ ਕਹਾਂ, ਹੁਣ ਮੈਂ ਤੁਹਾਨੂੰ ਠੇਕੇਦਾਰ ਕਹਾਂ ਕੀ ਕਹਾਂ, ਦੁੱਖ ਤੁਹਾਡੇ 'ਤੇ ਇਹ ਆ ਕਿ ਜਦੋਂ ਫੋਟੋਆਂ ਲਿਖਾਉਣੀਆਂ ਨੇ, ਜਦੋਂ ਚੈਨਲਾਂ 'ਤੇ ਆਉਣਾ, ਜਦੋਂ ਅਖਬਾਰਾਂ ਦੀਆਂ ਖਬਰਾਂ ਲਵਾਉਣੀਆਂ ਨੇ, ਉਦੋਂ ਆਪਾਂ ਸਾਰੇ ਸਰੋਪੇ ਵੀ ਪਾਏ ਗਏ, ਜਗਰਾਜ ਮੇਰੇ ਨਾਲ ਬੈਠਾ, ਸਰੋਪੇ ਪਾਏ ਦਰਬਾਰ ਸਾਹਿਬ ਦੇ ਵਿੱਚ ਮੱਥੇ ਟੇਕ ਕੇ ਵੀ ਹਾਂ ਜੀ ਅਸੀਂ ਜਗਰਾਜ ਦੇ ਨਾਲ ਹਾਂ, ਠੀਕ ਆ ਤੁਸੀਂ ਨਾਲ ਖੜ੍ਹੇ, ਤੁਹਾਡਾ ਉਸ ਗੱਲੋਂ ਧੰਨਵਾਦ। ਜਿੰਨੇ ਵਕੀਲ ਭਰਾ ਖੜ੍ਹੇ, ਕਿਸੇ ਵਕੀਲ ਨੇ ਦੋ ਪੈਸੇ ਨਹੀਂ ਲਏ ਕਿਸੇ ਤੋਂ, ਸਾਰਿਆਂ ਨੇ ਜ਼ਮਾਨਤਾਂ ਮੁਫ਼ਤ 'ਚ ਕਰਾਈਆਂ ਨੇ, ਕੋਈ ਪੈਸਾ ਨਹੀਂ ਲਿਆ, ਕਿਸੇ ਕਾਗਜ਼ ਦੇ ਵੀ 5 ਰੁਪਏ ਨਹੀਂ ਲਏ, ਧੰਨਵਾਦ ਉਹਨਾਂ ਦਾ ਵੀ ਹੈ। ਪਰ ਜਿੱਥੇ ਬਈ ਲੋੜ ਆ, ਅੱਜ ਇਹ ਮੈਂ ਪੁੱਛਿਆ ਜਗਰਾਜ ਨੂੰ ਤੇ ਇਹਨੂੰ ਮਹਾਂਵੀਰ ਨੂੰ, ਮੈਂ ਯਾਰ ਤੁਸੀਂ ਇਕੱਲੇ ਆਏ ਹੋ, ਇਹ ਵਿਚਾਰੇ ਉਹਨਾਂ ਦਾ ਮਨ ਬੁਝਿਆ ਪਿਆ ਸੀ, ਕਹਿੰਦੇ ਬਾਈ ਅਸੀਂ ਤਾਂ ਕਦੇ ਯਾਰ ਜਿਹੜਾ ਆਪਣੇ ਹਲਕੇ 'ਚ ਥਾਣਾ ਹੁੰਦਾ ਉੱਥੇ ਨਹੀਂ ਕਦੇ ਗਏ ਸੀ, ਅਤੇ ਦਿੱਲੀ ਕ੍ਰਾਈਮ ਬ੍ਰਾਂਚ ਦੇ ਵਿੱਚ ਪੁੱਛ ਕੇ ਚੱਲਣੀ ਹੋਵੇ ਤੁਹਾਡੀ, ਅਤੇ ਇਕੱਲੇ ਬੰਦੇ ਦੇ ਉੱਤੇ ਕੀ ਬੀਤਦੀ ਆ, ਜਿਹੜਾ ਬੰਦਾ ਨਹੀਂ ਅਜੇ ਕੰਮ 'ਚ ਆਇਆ ਤੁਸੀਂ ਆਪ ਸਾਹਿਬ ਦੱਸ। ਜਿੱਥੇ ਇਹਨਾਂ ਨੂੰ ਲੋੜ ਸੀ, ਜਿੱਥੇ ਬਾਂਹ ਫੜਨੀ ਚਾਹੀਦੀ ਸੀ, ਉੱਥੇ ਕੋਈ ਆ ਕੇ ਭਰਾਵੋ ਖੜ੍ਹਦਾ ਨਹੀਂ। ਫੋਟੋਆਂ ਲਵਾਉਣੀਆਂ ਨੇ ਸੋਸ਼ਲ ਮੀਡੀਆ 'ਤੇ, ਫੋਟੋਆਂ ਪਾਉਣੀਆਂ ਨੇ ਅਖਬਾਰਾਂ 'ਚ, ਆਉਣਾ ਚੈਨਲਾਂ 'ਤੇ ਆਉਣਾ, ਉਦੋਂ ਜਗਰਾਜ ਸਾਡਾ ਯੋਧਾ ਹੈ ਜੀ, ਇਹ ਹੀਰਾ ਹੈ ਜੀ, ਇਹ ਪੰਜਾਬ ਦਾ ਬਹਾਦਰ ਹੈ ਜੀ, ਜਾਂ ਹੋਰ ਵੀ ਜਿੰਨੇ ਮੁੰਡਿਆਂ ਬਾਰੇ ਇਸ ਤਰ੍ਹਾਂ ਅਸੀਂ ਪੇਸ਼ ਕਰਦੇ ਹਾਂ। ਪਰ ਜਦੋਂ ਕੋਈ ਇਸ ਤਰ੍ਹਾਂ ਦਾ ਮਾਹੌਲ ਬਣਦਾ, ਉਦੋਂ ਫਿਰ ਸਾਰੇ ਪੱਲਾ ਝਾੜ ਜਾਂਦੇ। ਕਿਉਂ ਜੀ, ਤੁਹਾਡੇ ਕੋਲ ਮੇਰਾ ਸਵਾਲ ਆ, ਜਿੰਨੀਆਂ ਪੰਥਕ ਧਿਰਾਂ ਨੇ, ਜਿੰਨੇ ਧਰਮ ਦੇ ਠੇਕੇਦਾਰ ਨੇ, ਸਭ ਤੋਂ ਵੱਧ ਰੌਲਾ ਪਾਉਣਾ ਹੈ ਜਦੋਂ ਰੋਟੀਆਂ ਸੇਕਣੀਆਂ ਕਿਸੇ ਮਸਲੇ 'ਤੇ, ਉਦੋਂ ਸਭ ਤੋਂ ਅੱਗੇ ਹੁੰਦੇ ਹਾਂ। ਇਹ ਵੀ ਹੋ ਸਕਦਾ, ਸਾਰਿਆਂ ਨੂੰ ਮੈਂ ਨਹੀਂ ਕਹਿੰਦਾ, ਫਿਰ ਉਹੀ ਗੱਲ ਨਾ ਵੀ ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ ਆ, ਸਾਰੇ ਨਹੀਂ ਇੱਕੋ ਜਿਹੇ, ਬਹੁਤ ਚੰਗੇ ਵੀ ਹੈਗੇ, ਨਾਲ ਵੀ ਖੜ੍ਹੇ ਆ, ਖੜਨਗੇ ਵੀ, ਪਰ ਬਾਹਲੇ ਇਹੋ ਜਿਹੇ ਹੋਣਗੇ ਜਿਹੜੇ ਐਂ ਨਹੀਂ ਪਤਾ ਜਗਰਾਜ ਦੇ ਨਾਂ 'ਤੇ ਪੈਸੇ ਇਕੱਠੇ ਕਰਕੇ ਹੋਣ। ਇਹ ਵੀ ਇੱਕ ਕਹਾਣੀ ਚੱਲੀ ਵੀ ਹੋਣੀ, ਉਸ ਤਰ੍ਹਾਂ ਚੱਲੀ ਵੀ ਹੋਵੇ ਜਾਂ ਚੱਲੇ ਵੀ। ਸੋ ਇਸ ਕਰਕੇ, ਇਸੇ ਕਰਕੇ ਸਾਡੇ ਕੋਲ ਪੰਜਾਬ ਦੇ ਨੌਜਵਾਨਾਂ ਦੇ ਕੋਲ ਜਜ਼ਬੇ ਦੀ ਘਾਟ ਨਹੀਂ ਹੈਗੀ, ਦਲੇਰੀ ਦੀ ਘਾਟ ਨਹੀਂ ਹੈਗੀ, ਇਮਾਨਦਾਰੀ ਦੀ ਘਾਟ ਨਹੀਂ ਹੈਗੀ, ਦ੍ਰਿੜਤਾ ਦੀ ਘਾਟ ਨਹੀਂ ਹੈਗੀ। ਲੜਨ ਵਾਲੇ ਆ, ਸੰਘਰਸ਼ ਕਰਨ ਵਾਲੇ ਆ, ਪੰਜਾਬ ਪੰਜਾਬੀਅਤ ਖਾਤਰ ਆਪਣੇ ਆਪ ਨੂੰ ਦਾਅ 'ਤੇ ਲਾਉਣ ਵਾਲੇ ਆ। ਪਰ ਜਦੋਂ ਬਈ ਸਾਡੇ ਵਾਲੇ ਆਗੂ ਲੋਕ ਨੇ, ਜਦੋਂ ਉਹਨਾਂ ਦੀ ਬਾਂਹ ਫੜਨੀ ਆ, ਸਹਾਰਾ ਬਣਨਾ, ਕਿਸੇ ਮੁਸ਼ਕਿਲ ਸਮੇਂ ਦੇ ਵਿੱਚ ਖੜਨਾ, ਉਦੋਂ ਇੱਥੇ ਸਭ ਪਾਸੇ ਹੋ ਜਾਂਦੇ। ਇਸੇ ਕਰਕੇ ਕਿਸੇ ਵੀ ਨਵੇਂ ਨੌਜਵਾਨ ਦਾ ਹੌਸਲਾ ਨਹੀਂ ਪੈਂਦਾ, ਆਮ ਹੀ ਗੱਲਾਂ ਪ੍ਰਚਲਿਤ ਹੋ ਜਾਂਦੀਆਂ ਵੀ ਯਾਰ ਉਹਦਾ ਕੀ ਬਣਿਆ, ਉਹਦਾ ਕੀ ਬਣਿਆ, ਮੁੜ ਕੇ ਕਿਸੇ ਨੇ ਬਾਤ ਨਹੀਂ ਪੁੱਛੀ, ਕੋਈ ਮੁਲਾਕਾਤ 'ਤੇ ਨਹੀਂ ਗਿਆ, ਕੋਈ ਮੁੰਡਾ ਥਾਣਿਆਂ 'ਚ ਨਹੀਂ ਗਿਆ, ਮੈਂ ਕਚਹਿਰੀ ਨਹੀਂ ਗਿਆ, ਕੋਈ ਵਕੀਲ ਨਹੀਂ ਖੜਾ ਕੀਤਾ, ਫਿਰ ਇਹੀ ਹੋ ਜਾਂਦਾ। ਵਿਚਾਰੇ ਹਾਂ ਗੱਲ ਅੰਮ੍ਰਿਤਸਰੋਂ ਚੜ੍ਹੇ ਬੱਸ 'ਤੇ ਇੱਥੇ ਉਤਰਦੇ ਆ, ਇੱਥੋਂ ਉਤਰ ਕੇ ਜਾਂਦੇ ਆ ਜਿੱਥੇ ਵੀ, ਜਿਹੜੀ ਵੀ ਕ੍ਰਾਈਮ ਬ੍ਰਾਂਚ ਜਾਣਾ ਹੁੰਦਾ ਉੱਥੇ ਜਾਂਦੇ ਆ, ਸਾਧਨ ਲੈ ਕੇ, ਕੋਈ ਰਿਕਸ਼ਾ ਵਗੈਰਾ ਕਰਾ ਕੇ। ਸਾਰੇ ਵਾਰੀ ਜਗਰਾਜ ਬੱਸਾਂ 'ਤੇ ਆਏ ਆ, ਪਹਿਲਾਂ ਉਹਨਾਂ ਆਏ, ਪਹਿਲੀ ਵਾਰ ਭਾਜੀ ਇੱਕ ਵਾਰੀ ਆਏ ਆ, ਹਾਂਜੀ, ਬਾਅਦ ਇੱਥੇ ਰਹੇ ਹਾਂ, ਫਿਰ ਹੁਣ ਅਸੀਂ
ਇੱਥੋਂ 12 ਨੂੰ ਭੁਗਤ ਕੇ ਫਿਰ ਚੱਲ ਗਏ ਹਾਂ ਉੱਥੇ ਰਹੇ ਹਾਂਜੀ ਫਿਰ ਹੁਣ ਬੱਸ ਇਹ ਬਾਈ ਕੀ ਹੁੰਦਾ ਪਤਾ ਕੀ ਆ ਜਦੋਂ ਮੈਂ ਨਾ ਜਗਰਾਜ ਨੂੰ ਆ ਕੇ ਮਿਲਿਆ ਅਸੀਂ ਪ੍ਰਸ਼ਾਦੇ ਛੱਕ ਕੇ ਉੱਥੇ ਕ੍ਰਾਈਮ ਬ੍ਰਾਂਚ ਮੂਹਰੇ ਖੜ ਕੇ ਸਾਡੇ ਨਾਲ ਗੱਲਾਂ ਬਾਤਾਂ ਕੀਤੀਆਂ ਜਗਰਾਜ ਨੂੰ ਪੁੱਛ ਲਓ ਜਗਰਾਜ ਦਾ ਹੌਸਲਾ ਕਿਵੇਂ ਵੱਧ ਗਿਆ ਸੀ ਦੱਸੀ ਜਗਰਾਜ ਬਾਈ ਜ਼ਰੂਰ ਬੋਲੋ ਜਗਰਾਜ ਬਾਈ ਲੋਕ ਵੀ ਕਹਿ ਰਹੇ ਬਾਈ ਤੋਂ ਜ਼ਰੂਰ ਫਤਿਹ ਬੁਲਾਓ ਅਤੇ ਗੱਲ ਕਰੋ ਕਰੋ ਕੋਈ ਜਦੋਂ ਅਸੀਂ ਜਦੋਂ ਇਹਨਾਂ ਭਾਜੀ ਹੋਣਾਂ ਨੂੰ ਲੱਖੇ ਭਾਈ ਨੇ ਸਾਨੂੰ ਬੁਲਾਇਆ ਬਾਹਰ ਅਤੇ ਗੱਫਾ ਪਾਣੀ ਛਕਾਇਆ ਵੀ ਗੱਫਾ ਪਾਣੀ ਛਕੋ ਜਗਰਾਜ ਤੂੰ ਇਕੱਲਾ ਕੋਈ ਗੱਲ ਨਹੀਂ ਤੇਰੇ ਨਾਲ ਖੜਿਆ ਮੈਂ ਕੋਈ ਗੱਲ ਨਹੀਂ ਵੀਰ ਜੀ ਧੰਨਵਾਦ ਤੁਹਾਡਾ ਅਤੇ ਇਹਨਾਂ ਨੂੰ ਵੇਖ ਕੇ ਫਿਰ ਹੌਸਲਾ ਵੱਧ ਗਿਆ ਕੋਈ ਗੱਲ ਨਹੀਂ ਵੀ ਨਾਲ ਨੇ ਸਾਰੇ ਇਹ ਗੱਲ ਮੇਰਾ ਕਹਿਣ ਦਾ ਭਾਵ ਪਤਾ ਕੀ ਆ ਅਸੀਂ ਇਹ ਨਹੀਂ ਕਹਿੰਦੇ ਵੀ ਅਸੀਂ ਨਾਲ ਖੜੇ ਸਾਡਾ ਫਰਜ਼ ਸੀ ਬਾਈ ਬਾਕੀ ਅਸੀਂ ਤਾਂ ਆਪਦੀ ਜਾਂਚ ਸ਼ਾਮਿਲ ਹੋਣ ਆਏ ਸੀ ਅਸੀਂ ਕਿਹੜਾ ਸਪੈਲ ਜਗਰਾਜ ਨਾਲ ਆਏ ਸੀ ਹੈਨਾ ਪਰ ਸਾਨੂੰ ਤਾਂ ਐਂ ਸੀ ਵੀ ਜਗਰਾਜ ਨਾਲ ਬਹੁਤ ਬੰਦੇ ਆਉਂਦੇ ਹੋਣੇ ਆ ਮੇਰਾ ਕਹਿਣ ਦਾ ਮਤਲਬ ਇਹ ਆ ਭਾਵ ਇਹ ਆ ਵੀ ਜਦੋਂ ਕੋਈ ਬੰਦੇ ਦੇ ਨਾਲ 50-100 ਬੰਦਾ ਆ ਕੇ ਖੜਾ ਹੋਵੇ ਇੱਕ ਦਬਾਅ ਹੁੰਦਾ ਪੁਲਿਸ ਦੇ ਉੱਤੇ ਵੀ ਹਾਂ ਯਾਰ ਮਗਰ ਬੰਦੇ ਆਉਂਦੇ ਨੇ ਚਾਰ ਸਿਆਣੇ ਬੰਦੇ ਮੂਹਰੇ ਜਾਣ ਪੜ੍ਹੇ ਲਿਖੇ ਬੰਦੇ ਚਾਰ ਵਕੀਲ ਹੋਣ ਜਾ ਕੇ ਪੁਲਿਸ ਨਾਲ ਗੱਲਬਾਤ ਕਰਨ ਬੰਦੇ ਨੂੰ ਛੱਡ ਕੇ ਆਉਣ ਤਾਂ ਕਿੱਡਾ ਦਬਾਅ ਬਣਦਾ ਇਸ ਗੱਲ ਦਾ ਕਿੱਡਾ ਪ੍ਰਭਾਵ ਜਾਂਦਾ ਇਸ ਗੱਲ ਦਾ ਪਤਾ ਲੱਗਦਾ ਵੀ ਹਾਂ ਬੰਦੇ ਮਾਰ ਬੰਦੇ ਹੈਗੇ ਕਿੱਥੇ ਵਿਚਾਰਾ ਇਕੱਲੇ ਹੀ ਜਾਂਦਾ ਉਹਨਾਂ ਨੂੰ ਵੀ ਲੱਗਦਾ ਮਗਰ ਹੀ ਕੋਈ ਹੈ ਨਹੀਂ ਇੱਕ ਵਾਰ ਸਾਡਾ ਯੋਧਾ ਸਾਡਾ ਬਹਾਦਰ ਸਾਡਾ ਸੂਰਮਾ ਉਹ ਗੱਲਾਂ ਵਾਲੀਆਂ ਅਸੀਂ ਫੇਸਬੁੱਕਾਂ 'ਤੇ ਕਰ ਲਓ ਜਾਂ ਫੋਟੋਆਂ ਲਾ ਲਓ ਉੱਥੇ ਅਸੀਂ ਸਭ ਤੋਂ ਅੱਗੇ ਹੁੰਦੇ ਹਾਂ ਆਹ ਦੂਜਾ ਜਿਹੜਾ ਆਰ ਚੈਨਲ ਵਾਲੇ ਸੜੀ ਵੀ ਖਬਰ ਹੁੰਦੀ ਆ ਸੜੀ ਵੀ ਖਬਰ ਦੋ ਧੇਲੇ ਦੀ ਖਬਰ ਨਹੀਂ ਹੁੰਦੀ ਧੇਲੇ ਦੀ ਖਬਰ ਨਹੀਂ ਕੋਈ ਉਹਦਾ ਸਮਾਜ ਨੂੰ ਸੁਨੇਹਾ ਨਹੀਂ ਹੁੰਦਾ ਕੋਈ ਸਮਾਜ ਨੂੰ ਸੇਧ ਨਹੀਂ ਹੁੰਦੀ ਚੱਕ ਕੇ ਚੈਨਲ ਵਾਲੇ ਆ ਭੂਕਣੇ ਜੇ ਪਿੰਡੋ ਪਿੰਡੀ ਤੁਰੇ ਫਿਰਦੇ ਆ ਭਾਬੀਆਂ ਭੂਬੀਆਂ ਅਤੇ ਹੋਰ ਆ ਲੜਨ ਪੜਨ ਮਗਰਾਂ ਫਲਾਨਾ ਢਿਮਕਾਂ ਸਿਰਫ TRP ਅਤੇ ਵਿਊ ਦੇ ਚੱਕਰਾਂ 'ਚ ਇੱਕ ਵੀ ਚੈਨਲ ਵਾਲਾ ਦੱਸਦੇ ਜਗਰਾਹ ਸੇਧਨਾ 'ਚ ਤੇਰੇ ਕੋਲ ਆਇਆ ਨਹੀਂ ਕੋਈ ਚੈਨਲ ਨਹੀਂ ਕੋਈ ਨਹੀਂ ਆਇਆ ਹੁਣ ਬਹਾਨਾ ਲਾਉਣਗੇ ਤੁਹਾਨੂੰ ਕਿਹੜਾ ਪਤਾ ਸੀ ਤੁਹਾਨੂੰ ਉਹ ਦੂਜੀਆਂ ਗੱਲਾਂ ਦਾ ਕਿਵੇਂ ਪਤਾ ਲੱਗ ਜਾਂਦਾ ਜਾ ਕੇ ਸੁਣੀਆਂ ਖੱਟਾਂ ਜਾ ਦਿੰਦੇ ਹੋ ਭਾਲ ਉੱਥੇ ਹੀ ਭਾਲ ਲੈਂਦੇ ਹੋ ਇਹ ਤੁਹਾਨੂੰ ਪਤਾ ਨਹੀਂ ਲੱਗਿਆ ਵੀ ਦਿੱਲੀ ਦੇ ਵਿੱਚ ਬੰਦਾ ਜਾਂਦਾ ਹੋਵੇ ਪੁੱਛ ਕੇ ਸ਼ਾਮਿਲ ਹੁੰਦਾ ਹੋਵੇ ਤੁਹਾਡਾ ਵੀ ਮੈਂ ਕਹਿਣਾ ਤੁਹਾਡਾ ਤੁਹਾਨੂੰ ਅਸੀਂ ਦਰਕਨਾਰ ਨਹੀਂ ਕਰਦੇ ਇਸ ਗੱਲੋਂ ਮੁਨਕਰ ਨਹੀਂ ਹੁੰਦੇ ਅੰਦੋਲਨ ਦੇ ਵਿੱਚ ਇਹਨਾਂ ਦੇ ਮੀਡੀਆ ਨੇ ਤਾਂ ਆਪਣੇ ਖਿਲਾਫ ਹੀ ਪ੍ਰਾਪੇਗੰਡਾ ਕੀਤਾ ਹੈ ਪਰ ਆਪਣੇ ਮੀਡੀਆ ਨੇ ਆਪਣੇ ਅੰਦੋਲਨ ਨੂੰ ਪੰਜਾਬ ਤੋਂ ਦੁਨੀਆ ਭਰ 'ਚ ਫੈਲਾਇਆ ਤੁਹਾਡਾ ਉੱਥੇ ਧੰਨਵਾਦ ਵੀ ਕਰਨਾ ਅਸੀਂ ਮੰਨਦੇ ਹਾਂ ਵੀ ਤੁਹਾਡਾ ਧੰਨਵਾਦ ਆ ਪਰ ਹੁਣ ਜਾਣ ਤਾਂ ਤੁਸੀਂ ਅੰਦੋਲਨ ਦੀਆਂ ਖਬਰਾਂ ਬਹੁਤ ਘੱਟ ਗਈ ਉੱਥੇ ਵੀ ਮੈਂ ਦੇਖ ਰਿਹਾ ਉੱਥੇ ਵੀ ਕੋਈ ਖਬਰਸਾਰ ਨਹੀਂ ਹੈਗੀ ਨਾ ਤੁਸੀਂ ਇਹੋ ਜਿਹੀਆਂ ਖਬਰਾਂ ਹੁਣ ਸਾਨੂੰ ਕਈ ਵਾਰੀ ਬੰਦੇ ਪੁੱਛਦੇ ਨੇ ਫੋਨ ਕਰਦੇ ਬਾਈ ਬੂਟੇ ਦਾ ਕੀ ਬਣਿਆ ਜਗਰਾਜ ਦਾ ਕੀ ਬਣਿਆ ਫਲਾਣੇ ਦਾ ਕੀ ਬਣਿਆ ਹੁਣ ਜੇ ਮੀਡੀਆ ਦਿਖਾ ਦੇ ਭਾਈ ਫਲਾਣਾ ਬੰਦੇ ਦੀ ਜਮਾਨਤ ਹੋ ਗਈ ਫਲਾਣਾ ਬਾਹਰ ਆ ਗਿਆ ਫਲਾਣੇ ਨੂੰ ਬਾਹਰੇ ਬਾਹਰ ਜਮਾਨਤ ਮਿਲ ਗਈ ਫਲਾਣੇ ਦੀ ਇੰਨੀ ਤਰੀਕ ਹੈ ਤਾਂ ਲੋਕਾਂ ਨੂੰ ਪਤਾ ਲੱਗਦਾ ਰਹਿੰਦਾ ਪਰ ਤੁਸੀਂ ਦੇਖਣਾ ਨਾ ਸਿਰਫ ਵੀ ਆਹ ਖਬਰ ਮਸਾਲੇਦਾਰ ਹੈ ਇਹ ਚਲਾਓ ਇਹ ਤੋਂ ਆਪਾਂ ਨੂੰ ਜ਼ਰੂਰ ਇਕੱਠੇ ਹੁੰਦੇ ਜਿਹੜੇ ਤੁਹਾਡਾ ਵੀ ਜਿਹੜਾ ਜਿਹੜਾ ਤੁਹਾਡਾ ਕੰਮ ਹੈ ਜਿਹੜਾ ਤੁਹਾਡਾ ਫਰਜ਼ ਬਣਦਾ ਉਹ ਤੋਂ ਤੁਸੀਂ ਵੀ ਭੱਜ ਰਹੇ ਸੋ ਇਹ ਗੱਲ ਦੇ ਉੱਤੇ ਗੌਰ ਕਰਿਆ ਕਰੋ ਚੰਗੀਆਂ ਸਾਰਥਕ ਖਬਰਾਂ ਹੈ ਨਾ ਜਾਂ ਫਿਰ ਜਿੱਥੇ ਸਾਡੀ ਜਵਾਨੀ ਨੂੰ ਮੈਂ ਕਹਿਣਾ ਚਾਹੁੰਦਾ ਕਿ ਸਾਡੇ ਨੌਜਵਾਨ ਮੁੰਡੇ ਘੱਟੋ ਘੱਟ ਪੰਜਾਬ ਤੋਂ ਇਹਦੇ ਨਾਲ ਆਉਣੇ ਚਾਹੀਦੇ ਸੀ ਭਰਾ ਦੇ ਵੀ ਚੱਲ ਬਾਈ ਅਸੀਂ ਤੇਰੇ ਨਾਲ ਚੱਲਦੇ ਹਾਂ 20-50-100 ਮੁੰਡਾ ਇਕੱਠਾ ਹੋ ਗਏ ਪਰ ਸਾਡੇ ਵਾਲਾਂ ਨੂੰ ਵਿਹਲ ਉੱਥੇ ਗਾਇਕਾਂ ਮਗਰ ਲੜਨ ਤੱਕ ਅਸੀਂ ਸੀਮਤ ਹਾਂ ਫਲਾਣੇ ਨੇ ਆਹ ਕਰਤਾ ਢਿਮਕੇ ਨੇ ਉਹ ਕਹਿਤਾ ਮੈਂ ਫਲਾਣੇ ਨਾਲ ਹਾਂ ਮੈਂ ਢਿਮਕੇ ਨਾਲ ਹਾਂ ਅਸੀਂ ਉਹ ਚੱਕਰਾਂ 'ਚ ਫਸੇ ਹਾਂ ਸਾਡੀ ਮਾਨਸਿਕਤਾ ਹੀ ਬਾਈ ਉੱਥੋਂ ਤੱਕ ਰਹੇਗੀ ਉਲਝ ਗਈ ਮਾਨਸਿਕਤਾ ਸਾਡੀ ਉੱਥੇ ਖੜ ਗਈ ਅਸਲ ਜਿਹੜੇ ਸਾਡੇ ਯੋਧੇ ਨੇ ਸਾਡੇ ਸੂਰਮੇ ਨੇ ਉਹ ਸਾਡੇ ਅਸੀਂ ਵਸਾਰ ਹੀ ਦਿੱਤੇ ਹੋਰ ਗੱਲਬਾਤ ਸੁਣਾਵਾ ਬਾਈ ਕਮੈਂਟ ਆ ਰਿਹਾ ਉਹ ਕਹਿੰਦਾ ਬਾਈ ਗਰੇ ਵਾਲਾ ਕੋਈ ਉਹ ਕਹਿੰਦਾ ਮੈਂ ਤੁਹਾਡੇ ਨਾਲ ਹਰ ਵਾਰ ਚੱਲਿਆ ਕਰੂੰਗਾ ਯੋਧਾ ਬਾਈ ਯੋਧਾ ਬਾਈ ਦੀਆਂ ਆ ਰਹੇ ਆ ਬਾਈ ਹੋਰ ਉਹਦੇ ਬਾਰੇ ਅੰਦੋਲਨ ਵਾਲੇ ਥੋੜ੍ਹਾ ਜਿਹਾ ਜ਼ਰੂਰ ਕਹਿ ਦੇ ਕੀ ਗੱਲ ਆ ਬਾਈ ਜਿਹੜੇ ਵੀ ਭਰਾ ਆਉਣਗੇ ਵਧੀਆ ਗੱਲ ਆ ਅੰਦੋਲਨ ਬਾਰੇ ਸੁੱਖ ਇਹੀ ਆ ਕਿ ਅੰਦੋਲਨ ਨਾਲ ਜੁੜੋ ਯਾਰ ਅੰਦੋਲਨ ਦੇ ਨਾਲ ਜੁੜੋ ਅੱਜ ਤੁਹਾਡਾ ਫਰਜ਼ ਬਣਦਾ ਪਰ ਰਾਤ ਵੀ ਇਹੀ ਗੱਲ ਬੋਲੀ ਸੀ ਤੁਹਾਨੂੰ ਬੇਨਤੀ ਕਰਦੇ ਹਾਂ ਵੱਧ ਤੋਂ ਵੱਧ ਭਰਾ ਜਿੰਨੀ ਵੱਡੀ ਗਿਣਤੀ ਦੇ ਵਿੱਚ ਅੰਦੋਲਨ ਨਾਲ ਜੁੜ ਸਕਦੇ ਨੇ ਜੁੜੋ ਦੂਜੀ ਗੱਲ ਮੈਂ ਰਾਤ ਵੀ ਬੇਨਤੀ ਕੀਤੀ ਅੱਜ ਫਿਰ ਕਰਦਾ ਕਿ ਜੋ ਵੀ ਸਾਂਝਾ ਕਿਸਾਨ ਮੋਰਚੇ ਦੇ ਫੈਸਲੇ ਹੁੰਦੇ ਨੇ ਉਹ ਜੋ ਕਿਸੇ ਨੂੰ ਕੱਢਣਾ ਹੈ ਕੀ ਕਰਨਾ ਜਿਵੇਂ ਗੁਰਨਾਮ ਚੂਨੀ ਵਾਲੀ ਘਟਨਾ ਹੋਈ ਆ ਉਹ ਮੀਡੀਆ 'ਚ ਨਾ ਆਉਣ ਬਾਹਰ ਨਾ ਆਉਣ ਉਹਦੇ ਬੜੇ ਮਾੜੇ ਜਿਹੜੇ ਅਸਰ ਪੈਂਦੇ ਆ ਲੋਕਾਂ 'ਚ ਵੀ ਗਲਤ ਸੁਨੇਹਾ ਜਾਂਦਾ ਕਿ ਯਾਰ ਆ ਦੇਖੋ ਇਹਦਾ ਆਪਸ ਮੇਂ ਲੜੀ ਜਾਂਦੇ ਆ ਕੀ ਅੰਦੋਲਨ ਜਿੱਤਣਗੇ ਸਰਕਾਰ ਨੂੰ ਮੌਕਾ ਮਿਲਦਾ ਵੀ ਛਤਰੋ ਛਤਰੀ ਹੋ ਜਾਂਦੇ ਸਾਡਾ ਕੁਛ ਨਹੀਂ ਕਰ ਸਕਦੇ ਇਹ ਅੰਦੋਲਨ ਕਿੱਥੋਂ ਜਿੱਤ ਲੈਣਗੇ
इस करके बेनती करदा कि यह जी खबर तो गुरेज करो, वधिया ठोस कोई चंगे प्रोग्राम दिओ, लोग सुनना तोड़नगे जुड़नगे, यह गल नहीं, सारयां नाल लैके चलो, गल नाल लाके चलो, असीं तुहाडे कोई दुखी नहीं हां, ना असीं अंदोलन दे दुखी हां, ना साडे नाल कोई मुखालफत। तुहानूं बेनती वार वार यही करदे हां कि आपां हुण कोई वधिया इकट्ठे हो के सिर जोड़ के बैठ के कोई रणनीति बना के कोई वधिया ठोस वधिया प्रोग्राम दित्ता जावे। कहने तुसी अंदोलन च कदों भाई मोर्चे ते पहुंच जाओगे? इधर हनमेड़ लगा, हम 11:30 हो गए, तड़के फिर जाना। सही गल है। ते इक गल खास मैं कहना, चाहे भाई जगराज का फेस है चाहे भाई लखे का, ये सवेरे असी 7 बजे उठे हुए बई जी, तो 11:15 दे टीम हो टाइम हो चलिया, इस करके इदा है रुकावटा बई। 8 घंटे का 7 पंजाब तो इतों आने तो लगातार इतने 7-8 घंटे बहने हैं, फिर ए नहीं पता जो वापस जाना फिर 8 घंटे फिर लगते हैं, तो देख लो कि वे अभी आराम कराए की करा। सही है, थकावट आ जाती है। मैं तेरी गल थकावट वाली तो गल याद आ गई, कल परसों ना एक सुख किसी ने आपा प्रशादा सकते सीगे बाबे शेर सिंह दे लंगर भरा जाना दे, एक शहर वाला बादलों की कोई टट्टू सीगे उन्होंने पाता, कहिंदे जी आ शराब पी के लंगर च बढ़ गया। पहली गल तो मैं तुहानूं दस्सदा मैं शराब नहीं पीता, तो मैं तुहानूं बादल वालियां चाहे कैप्टन वालियां तुहानूं कोई माड़ा मोटा होमगार्ड का भी पैर खड़का मार देना तो नीकर गिली कर लोगे, तो क्राइम ब्रांच दिल्ली तो बहुत बड़िया गल्ला होंदिया ने, इतने पुछ पड़ताल होंगी है, तो बिठा के अगले आए ना सामने कुछ कुछ करते आले दुआले बंदे बैठे होंगे अफसर, पता फिर लगता गल्ला कहनिया बहुत आसान है, लाना इधर बढ़ गया उधर छोटे वर्गे नहीं, छोटे बादलों वर्गे या कैप्टन वर्गे नहीं, असी हथा कुट के फट के सौह खा के असी मुकर जाएंगे, उन्हना चो नहीं है, सानू पता मर्यादा की होंगी है, धार्मिक की मायने ने यह भी सानू पता, जां बादलों वर्गे नहीं असी भी बेअदबियां करा करा के उत्थे माफिया मंगा मंगा के जिहड़ा घाण थोड़े बादलों ने किया थोड़े को बहाना होर तो कोई है नहीं, हुण आ इधर नू हो रहे भी ये दारू पी के लंगर च बढ़ के जी ऐ करके जी वह करके तड़के फिर पता चला दोगे, थके तो अभी वैसे पे हाँ तुम पता ही लग रहा साढ़े शेहर तो है ना, तड़के फिर पता नहीं कह दोगे उ पा दोगे डक के बैठे ही रात तक जगराज कोई दो शब्द यही है कि किसान अंदोलन के पहला वागू फिर एक इकट्ठ बनाइए जोश भरीए, नौजवानों का यही अपील है कि आप अंदोलन किसान अंदोलन के फिर एक मुड़ तो किसान अंदोलन कायम कर दिए, हाले भी कायम आ, ये नहीं कायम नहीं कायम हाले भी, पर फिर एक दूरी वाले जान पा दीए किसान अंदोलन के, यही नौजवानों पंजाब वाले सारे वीर भरावान अपील है कि आप वाहिगुरु जी का खालसा वाहिगुरु जी की फतेह।